ਧਾਰਮਿਕ ਸਥਾਨ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਉਸ ਵੇਲੇ ਹਾਦਸਾ ਵਾਪਰ ਗਿਆ ਜਦੋਂ ਉਹਨਾਂ ਦੀ ਤੇਜ਼ ਰਫ਼ਤਾਰ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ 'ਚ 4 ਜਣੇ ਸਵਾਰ ਸਨ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਟਾਕੀਆਂ ਤੋੜ ਕੇ ਲੋਕਾਂ ਨੂੰ ਬਾਹਰ ਕੱਢਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀ, ਜਿਸ ਕਾਰਨ ਗੱਡੀ ਨੇ ਆਪਣਾ ਸੰਤੁਲਨ ਗਵਾਇਆ ਤੇ ਧੋਬੀ ਘਾਟ ਦੇ ਵਿੱਚ ਜਾ ਕੇ ਫੜ ਗਈ। ਇਸ ਹਾਦਸੇ ਦੇ ਵਿੱਚ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਗੱਡੀ 'ਚ ਮੌਜੂਦ 4 ਲੋਕਾਂ ਨੂੰ ਸੱਟਾਂ ਲੱਗੀਆਂ। ਹਾਲਾਂਕਿ ਇਸ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਹੋਣ ਵਾਲੇ ਬਜ਼ੁਰਗ ਦੀ ਮੌਤ ਹੋ ਗਈ ਹੈ, ਜਦੋਂ ਕਿ 2 ਮਹਿਲਾਵਾਂ ਤੇ 1 ਵਿਅਕਤੀ ਨੂੰ ਕਾਫ਼ੀ ਸੱਟਾਂ ਲੱਗੀਆਂ ਨੇ, ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ। ਇਹ ਹਾਦਸਾ ਕਪੂਰਥਲਾ ਅੰਮ੍ਰਿਤਸਰ ਰੋਡ ਤੇ ਵਾਪਰਿਆ। ਜ਼ਖਮੀ ਲੋਕ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਸਰ, ਇੱਕ ਐਕਸੀਡੈਂਟ ਹੋਇਆ ਆ ਆਪਣਾ ਜੰਮੂ ਪੈਲਸ ਦੇ ਕੋਲ, ਕਿੰਨੇ ਜਣੇ ਇੰਜਰਡ ਹੋਏ ਆ? 4 ਜਣੇ ਆ, ਇੱਕ ਬਰੋਡਹੈੱਡ ਸੀ ਜਿਹਦਾ ਨਾਮ ਭਜਨ ਸਿੰਘ ਸੀ, 3 ਪੇਸ਼ੈਂਟ ਰਵਿੰਦਰ ਸਿੰਘ, ਗੁਰਪ੍ਰੀਤ ਕੌਰ ਅਤੇ ਅਮਰਜੀਤ ਕੌਰ, ਜਿਨ੍ਹਾਂ ਦਾ ਇੱਥੇ ਇਲਾਜ ਹੋਇਆ ਅਤੇ ਫਰਦਰ ਰੈਫਰ ਕਰ ਦਿੱਤਾ ਗਿਆ ਫਾਇਰ ਸਿੰਘ। ਅੱਛਾ ਜੀ, ਅਤੇ ਡਾਕਟਰ ਸਾਹਿਬ ਹੋਇਆ ਕੱਚ ਸੀਗੇ ਇਹ, ਕਿਸ ਚੀਜ਼ ਸੀਗੇ ਇਹ? ਇਹ ਗੱਡੀ ਸੀਗੀ, ਗੱਡੀ ਇਹਨਾਂ ਦੀ ਪਲਟ ਗਈ ਆ, ਕਿਸੇ ਟੋਏ ਦੇ ਵਿੱਚ ਜਾ ਡਿੱਗੀ, ਜਿਹਦੇ ਅੱਗੇ ਇਹਨਾਂ ਦੇ ਸੱਟਾਂ ਲੱਗੀਆਂ। ਅੱਛਾ, ਅਤੇ ਕਿੰਨੀਆਂ ਕੁ ਸੱਟਾਂ ਲੱਗੀਆਂ ਹੋਈਆਂ ਸਾਰੇ ਜਿਹੜੇ ਇੰਜਰਡ ਨੇ? ਕਈਆਂ ਦੇ ਹੈਡ ਇੰਜਰੀ ਸੀ, ਕਈਆਂ ਦੇ ਕ੍ਰੈਸ਼ ਇੰਜਰੀ ਸੀ, ਕਈਆਂ ਦੇ ਫ੍ਰੈਕਚਰ ਡਾਊਟ ਸੀਗਾ, ਅਤੇ ਮਤਲਬ ਉਹ ਪੇਸ਼ੈਂਟ ਔਨ ਰੈਫਰਲ ਰੈਫਰਲ ਰਿਕੁਐਸਟ ਫਰਦਰ ਹਾਇਰ ਸੈਂਟਰ ਲੈ ਗਏ। ਆਪਣੇ ਕਹੇ ਤੇ ਲੈ ਗਏ? ਹਾਂਜੀ ਹਾਂਜੀ। ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ। ਅੱਜ ਇੱਕ ਹਾਦਸਾ ਹੋਇਆ ਆਪਣਾ ਬਾਈਪਾਸ ਤੇ। ਹਾਂਜੀ, ਤੇ ਕੀ ਰਿਹਾ ਮਾਮਲਾ, ਕੀ ਪੂਰਾ ਰਿਹਾ ਮਾਮਲਾ? ਇਹਦਾ ਜੀ, ਗੱਡੀ ਇੱਥੇ ਜੰਮੂ ਪੈਲਸ ਤੋਂ ਆਈ, ਸਿੱਧੀ ਧੋਬੀ ਘਾਟ ਨੂੰ ਖਾਲਾ ਡੱਪ ਗਈ, ਉੱਥੇ ਵੱਜੀ ਹੈ। ਬੜੇ ਯੋਨਾ ਸਵਾਰੀਆਂ ਗੱਡੀਆਂ ਵਿੱਚੋਂ ਟਾਕੀਆਂ ਤੋੜ ਤੋੜ ਕੇ। ਤੁਸੀਂ ਗੱਡੀਆਂ ਹੈਗੀਆਂ? ਬੰਦੇ ਬਹੁਤ ਸਾਰੇ ਪਬਲਿਸ਼ ਨੇ ਗੱਡੀਆਂ। ਅੱਛਾ, ਹਾਲਾਤ ਕੀ ਬਣੇ ਹੋਏ ਨੇ? ਰਾਜ ਜਿਹੜਾ ਬਜ਼ੁਰਗ ਮੁੰਡਾ ਹਰ ਜ਼ਿਆਦਾ ਗੱਡੀ ਚਲਾ ਰਿਹਾ ਸੀ, ਨਹੀਂ ਉਹ ਠੀਕ ਸੀ। ਅੱਛਾ, ਜਿਹੜਾ ਗੱਡੀ ਚਲਾ ਰਿਹਾ ਸੀ ਉਹ ਠੀਕ ਸੀ, ਉਹ ਸੱਟਾਂ ਉਹਦੇ ਬਹੁਤ ਲੱਗੀਆਂ। 4 ਜਣੇ ਜੀ। ਅੱਛਾ, ਕੌਣ ਕੌਣ ਸੀ ਇਹ? ਗੱਡੀ ਇੱਧਰੋਂ ਆਉਂਦੀ ਸੀ ਜੀ, ਉਹ ਖਾਲਾ ਡੱਪਦੀ ਤੁਸੀਂ ਦੇਖੀ ਹੀ ਹੋਣੀ। ਤੇ ਕੀ ਤੇਜ਼ ਆ ਰਹੇ ਸੀਗੇ? ਤੇਜ਼ ਬਹੁਤ ਸੀ ਗੱਡੀ। ਓਵਰ ਕੰਟਰੋਲ ਹੋ ਗਈ? ਓਵਰ ਕੰਟਰੋਲ ਵੀ ਨਹੀਂ ਪਤਾ ਲੱਗਾ ਵੀ ਬ੍ਰੇਕ ਦੀ ਜਗ੍ਹਾ ਰੇਸ ਤੇ ਪੈ ਰਿਹਾ। ਹੁਣ ਕਿੱਥੇ ਜੀ ਜਿਹੜੇ? ਹੁਣ ਤੋਂ ਲੱਗਿਆ ਹਸਪਤਾਲ ਆਉਣਾ। ਤੇ ਕਿੰਨੇ ਜਣਿਆਂ ਨੂੰ ਲੱਗੇ? 3 ਜਣਿਆਂ ਨੂੰ ਲੱਗਿਆ। 4 ਜਣਿਆਂ ਨੂੰ, 2 ਫੈਮਿਲੀ ਆ, ਇੱਕ ਬਜ਼ੁਰਗ ਆ ਤੇ ਇੱਕ ਡਰਾਈਵਰ ਜਿਹੜਾ। ਹਾਂਜੀ, ਹਾਲਤ ਕਿੱਦਾਂ? ਹਾਲਤ ਜ਼ਿਆਦੀ ਆ ਜੀ, ਹਾਲਤ ਜ਼ਿਆਦੀ ਨਹੀਂ, ਸੱਟਾਂ ਲੱਗੀਆਂ, ਗੱਡੀ ਇਕੱਠੀ ਹੋਈ ਤੇ ਸੱਟਾਂ ਬਹੁਤ ਜ਼ਿਆਦਾ। ਧਾਰਮਿਕ ਸਥਾਨ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਉਸ ਵੇਲੇ ਹਾਦਸਾ ਵਾਪਰ ਗਿਆ ਜਦੋਂ ਉਹਨਾਂ ਦੀ ਤੇਜ਼ ਰਫ਼ਤਾਰ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ 'ਚ 4 ਜਣੇ ਸਵਾਰ ਸਨ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਟਾਕੀਆਂ ਤੋੜ ਕੇ ਲੋਕਾਂ ਨੂੰ ਬਾਹਰ ਕੱਢਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀ, ਜਿਸ ਕਾਰਨ ਗੱਡੀ ਨੇ ਆਪਣਾ ਸੰਤੁਲਨ ਗਵਾਇਆ ਤੇ ਧੋਬੀ ਘਾਟ ਦੇ ਵਿੱਚ ਜਾ ਕੇ ਫੜ ਗਈ। ਇਸ ਹਾਦਸੇ ਦੇ ਵਿੱਚ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਗੱਡੀ 'ਚ ਮੌਜੂਦ 4 ਲੋਕਾਂ ਨੂੰ ਸੱਟਾਂ ਲੱਗੀਆਂ। ਹਾਲਾਂਕਿ ਇਸ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਹੋਣ ਵਾਲੇ ਬਜ਼ੁਰਗ ਦੀ ਮੌਤ ਹੋ ਗਈ ਹੈ, ਜਦੋਂ ਕਿ 2 ਮਹਿਲਾਵਾਂ ਤੇ 1 ਵਿਅਕਤੀ ਨੂੰ ਕਾਫ਼ੀ ਸੱਟਾਂ ਲੱਗੀਆਂ ਨੇ, ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ। ਇਹ ਹਾਦਸਾ ਕਪੂਰਥਲਾ ਅੰਮ੍ਰਿਤਸਰ ਰੋਡ ਤੇ ਵਾਪਰਿਆ। ਜ਼ਖਮੀ ਲੋਕ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਸਰ, ਇੱਕ ਐਕਸੀਡੈਂਟ ਹੋਇਆ ਆ ਆਪਣਾ ਜੰਮੂ ਪੈਲਸ ਦੇ ਕੋਲ, ਕਿੰਨੇ ਜਣੇ ਇੰਜਰਡ ਹੋਏ ਆ? 4 ਜਣੇ ਆ, ਇੱਕ ਬਰੋਡਹੈੱਡ ਸੀ ਜਿਹਦਾ ਨਾਮ ਭਜਨ ਸਿੰਘ ਸੀ, 3 ਪੇਸ਼ੈਂਟ ਰਵਿੰਦਰ ਸਿੰਘ, ਗੁਰਪ੍ਰੀਤ ਕੌਰ ਅਤੇ ਅਮਰਜੀਤ ਕੌਰ, ਜਿਨ੍ਹਾਂ ਦਾ ਇੱਥੇ ਇਲਾਜ ਹੋਇਆ ਅਤੇ ਫਰਦਰ ਰੈਫਰ ਕਰ ਦਿੱਤਾ ਗਿਆ ਫਾਇਰ ਸਿੰਘ। ਅੱਛਾ ਜੀ, ਅਤੇ ਡਾਕਟਰ ਸਾਹਿਬ ਹੋਇਆ ਕੱਚ ਸੀਗੇ ਇਹ, ਕਿਸ ਚੀਜ਼ ਸੀਗੇ ਇਹ? ਇਹ ਗੱਡੀ ਸੀਗੀ, ਗੱਡੀ ਇਹਨਾਂ ਦੀ ਪਲਟ ਗਈ ਆ, ਕਿਸੇ ਟੋਏ ਦੇ ਵਿੱਚ ਜਾ ਡਿੱਗੀ, ਜਿਹਦੇ ਅੱਗੇ ਇਹਨਾਂ ਦੇ ਸੱਟਾਂ ਲੱਗੀਆਂ। ਅੱਛਾ, ਅਤੇ ਕਿੰਨੀਆਂ ਕੁ ਸੱਟਾਂ ਲੱਗੀਆਂ ਹੋਈਆਂ ਸਾਰੇ ਜਿਹੜੇ ਇੰਜਰਡ ਨੇ? ਕਈਆਂ ਦੇ ਹੈਡ ਇੰਜਰੀ ਸੀ, ਕਈਆਂ ਦੇ ਕ੍ਰੈਸ਼ ਇੰਜਰੀ ਸੀ, ਕਈਆਂ ਦੇ ਫ੍ਰੈਕਚਰ ਡਾਊਟ ਸੀਗਾ, ਅਤੇ ਮਤਲਬ ਉਹ ਪੇਸ਼ੈਂਟ ਔਨ ਰੈਫਰਲ ਰੈਫਰਲ ਰਿਕੁਐਸਟ ਫਰਦਰ ਹਾਇਰ ਸੈਂਟਰ ਲੈ ਗਏ। ਆਪਣੇ ਕਹੇ ਤੇ ਲੈ ਗਏ? ਹਾਂਜੀ ਹਾਂਜੀ।
ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ। ਸਰ ਜੀ ਇੱਕ ਹਾਦਸਾ ਹੋਇਆ ਆਪਣਾ ਬਾਈਪਾਸ 'ਤੇ। ਹਾਂਜੀ। ਅਤੇ ਕੀ ਰਿਹਾ ਮਾਮਲਾ, ਕੀ ਪੂਰਾ ਰਿਹਾ ਮਾਮਲਾ? ਇੱਦਾਂ ਜੀ, ਗੱਡੀ ਇੱਥੇ ਜੰਮੂ ਪੈਲਸ ਆਈ ਸਿੱਧੀ ਧੋਬੀ ਘਰ ਨੂੰ, ਖਾਲਾ ਡੱਪ ਗਈ ਉੱਥੇ, ਵੱਜੀ ਹੈ। ਬੜੇ ਯੋਰਨਾ ਸਵਾਰੀਆਂ ਗੱਡੀਆਂ ਵਿੱਚੋਂ ਪਾਕੀਆਂ ਤੋੜ ਤੋੜ ਕੇ। ਤੁਸੀਂ ਗੱਡੀਆਂ ਹੈਗੀਆਂ? ਬੰਦੇ ਬਹੁਤ ਸਾਰੇ ਪਬਲਿਕ ਨੇ ਗੱਡੀਆਂ। ਅੱਛਾ। ਹਾਂਜੀ। ਅਤੇ ਕੀ ਹਾਲਾਤ ਕੀ ਬਣੇ ਹੋਏ ਨੇ? ਹਾਲਾਤ ਜਿਹੜਾ ਬਜ਼ੁਰਗ ਮੁੰਡਾ ਹਾਲ ਜ਼ਿਆਦਾ, ਗੱਡੀ ਚਲਾ ਰਿਹਾ ਸੀ? ਨਹੀਂ, ਉਹ ਠੀਕ ਸੀਗਾ। ਅੱਛਾ, ਜਿਹੜਾ ਗੱਡੀ ਚਲਾ ਰਿਹਾ ਸੀ ਉਹ ਠੀਕ ਸੀਗਾ, ਉਹ ਸੱਟਾਂ ਉਹਦੇ ਬਹੁਤ ਲੱਗੀ। ਚਾਰ ਜਣੇ ਜੀ। ਇਹ ਗੱਡੀ ਇੱਧਰੋਂ ਆਉਂਦੀ ਸੀ ਜੀ, ਉਹ ਖਾਲਾ ਡੱਪ ਦੇ ਤੁਸੀਂ ਦੇਖੇ ਹੀ ਹੋਣੀ। ਅਤੇ ਕੀ ਤੇਜ਼ ਆ ਰਹੇ ਸੀਗੇ? ਤੇਜ਼ ਬਹੁਤ ਸੀ। ਦੋ ਫੈਮਿਲੀ ਆ, ਇੱਕ ਬਜ਼ੁਰਗ ਆ ਤੇ ਇੱਕ ਡਰਾਈਵਰ ਜਿਹੜਾ। ਹਾਲਤ ਜ਼ਿਆਦੀ ਆ ਜੀ, ਹਾਲਤ ਜ਼ਿਆਦੀ ਸੱਟਾਂ ਲੱਗੀਆਂ, ਗੱਡੀ ਇਕੱਠੀ ਹੋਈ ਸੱਟਾਂ ਬਹੁਤ ਜ਼ਿਆਦਾ।